ਡਿਪਟੀ ਸਪੀਕਰ ਪੰਜਾਬ ਨੇ ਪਿੰਡ ਰੰਡੇਕੇ ਵਿਖੇ ਅਣਚਾਹੇ ਬੱਚਿਆਂ ਲਈ ਪੰਘੂੜੇ ਦਾ ਕੀਤਾ ਉਦਘਾਟਨ। ਸੰਤ ਸੁਰਜੀਤ ਸਿੰਘ ਯਾਦਗਾਰੀ ਟਰੱਸਟ ਪਿੰਡ ਰੰਡੇਕੇ ਵਿਖੇ ਡਿਪਟੀ ਸਪੀਕਰ ਪੰਜਾਬ ਸਰਦਾਰ ਅਜੈਬ ਸਿੰਘ ਭੱਟੀ ਨੇ ਅਣਚਾਹੇ ਬੱਚਿਆਂ ਲਈ ਪੰਘੂੜੇ ਦਾ ਉਦਘਾਟਨ ਕੀਤਾ। ਇਸ ਮੌਕੇ ਸ਼੍ਰੀ ਭੱਟੀ ਨੇ ਟਰੱਸਟ ਦੇ ਸਕੱਤਰ ਡਾਕਟਰ ਕੁਲਦੀਪ ਸਿੰਘ ਅਤੇ ਉਹਨਾਂ ਦੇ ਸਹਿਯੋਗੀਆਂ ਨੂੰ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਨਵਤਾ ਦੀ ਭਲਾਈ ਲਈ ਇਹ ਇੱਕ ਵੱਡਾ ਉਪਰਾਲਾ ਹੈ। ਉਹਨਾਂ ਕਿਹਾ ਕਿ ਇਹ ਪੰਘੂੜਾ ਉਹਨਾਂ ਨਵ ਜੰਮੇ ਬੱਚਿਆਂ ਲਈ ਲਾਹੇਵੰਦ ਸਾਬਤ ਹੋਵੇਗਾ ਜਿਨ੍ਹਾਂ ਦੇ ਮਾਤਾ ਪਿਤਾ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੇ ਜਾਂ ਕਿਸੇ ਕਾਰਨ ਉਹਨਾਂ ਨੂੰ ਸੜਕ ਕਿਨਾਰੇ ਜਾਂ ਝਾੜੀਆਂ ਵਿੱਚ ਸੁੱਟ ਜਾਂਦੇ ਹਨ। ਉਹਨਾਂ ਪੰਜਾਬ ਸਰਕਾਰ ਵੱਲੋਂ ਇਸ ਟਰੱਸਟ ਨੂੰ ਸਮਾਜ ਸੇਵੀ ਕਾਰਜਾਂ ਲਈ ਸਹਿਯੋਗ ਦੇਣ ਦਾ ਭਰੋਸਾ ਵੀ ਦਵਾਇਆ। ਇਸ ਮੌਕੇ ਵਿਧਾਇਕ ਮੋਗਾ ਡਾਕਟਰ ਹਰਜੋਤ ਕਮਲ ਅਤੇ ਵਿਧਾਇਕ ਬਾਘਾ ਪੁਰਾਣਾ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਇਹ ਪੰਘੂੜੇ ਰਾਹੀਂ ਪ੍ਰਾਪਤ ਬੱਚੇ ਦੀ ਟਰੱਸਟ ਵੱਲੋਂ ਸਾਂਭ ਸੰਭਾਲ ਕੀਤੀ ਜਾਵੇਗੀ ਜੋ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਡਿਪਟੀ ਕਮਿਸ਼ਨਰ ਮੋਗਾ ਜਲਰਾਜ ਸਿੰਘ ਨੇ ਕਿਹਾ ਕਿ ਇਸ ਪੰਘੂੜੇ ਵਿੱਚ ਬੱਚੇ ਨੂੰ ਪਾਉਣ ਵਾਲੇ ਵਿਅਕਤੀ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ ਅਤੇ ਉਸ ਦੀ ਪਛਾਣ ਵੀ ਗੁਪਤ ਰੱਖੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਪਰਮਜੀਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਵ ਜੰਮੇ ਬੱਚੇ ਨੂੰ ਕੂੜਾ ਕਰਕਟ ਜਾਂ ਝਾੜੀਆਂ ਵਿੱਚ ਸੁੱਟਣ ਦੀ ਬਜਾਏ ਬੱਚੇ ਨੂੰ ਇਸ ਪੰਘੂੜੇ ਵਿੱਚ ਰੱਖਣ। ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਨਵ ਜੰਮਿਆ ਲਾਵਾਰਸ ਬੱਚਾ ਮਿਲਦਾ ਹੈ ਤਾਂ ਉਹ ਵਿਅਕਤੀ ਉਸ ਬੱਚੇ ਨੂੰ ਪੰਘੂੜੇ ਵਿੱਚ ਪਾ ਸਕਦਾ ਹੈ। ਟਰੱਸਟ ਦੇ ਅਹੁਦੇਦਾਰਾਂ ਵੱਲੋਂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਅਜੈਬ ਸਿੰਘ ਭੱਟੀ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ, ਟਰੱਸਟ ਦੇ ਸਕੱਤਰ ਡਾਕਟਰ ਕੁਲਦੀਪ ਸਿੰਘ, ਟਰੱਸਟੀ ਜਸਵੀਰ ਸਿੰਘ ਗਿੱਲ ਅਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰ ਅਤੇ ਹੋਰ ਪਤਵੰਤੇ ਹਾਜ਼ਰ ਸਨ। ਪੰਜਾਬ ਗਲੋਬਲ ਲਈ ਮੌਕੇ ਤੋਂ ਅਮਰਜੀਤ ਬਬਰੀ ਦੇ ਨਾਲ ਜੋਗਿੰਦਰ ਸਿੰਘ। ਜਿਹੜਾ ਅੱਜ ਪੰਘੂੜਾ ਸਕੀਮ ਜ਼ਿਲ੍ਹੇ ਵਿੱਚ ਸ਼ੁਰੂ ਕੀਤੀ ਗਈ ਹੈ, ਇਹਦਾ ਮੇਨ ਪਰਪਸ ਇਹ ਹੈ ਕਿ ਲੋਕ ਜਿਹੜੇ ਹੈਗੇ ਆਪਣੇ ਬੱਚਿਆਂ ਨੂੰ ਸੜਕ ਦੇ ਕਿਨਾਰੇ ਜਾਂ ਝਾੜੀਆਂ ਦੇ ਵਿੱਚ ਸੁੱਟ ਦਿੰਦੇ ਨੇ। ਮੈਂ ਚਾਹੁੰਦੀ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਬੱਚੇ ਹੈਗੇ ਜਿਹੜੇ ਪੇਰੈਂਟਸ ਸੁੱਟ ਦਿੰਦੇ ਆ ਨਾ, ਉਹਨਾਂ ਬੱਚਿਆਂ ਦੀ ਕੇਅਰ ਅਤੇ ਪ੍ਰੋਟੈਕਸ਼ਨ ਲਈ ਇਹ ਪੰਘੂੜੇ ਦਾ ਜਿਹੜਾ ਸ਼ੁਰੂਆਤ ਕੀਤੀ ਗਈ ਹੈ ਅਤੇ ਇਸ ਪੰਘੂੜੇ ਦੀ ਜਿਹੜਾ ਉਦਘਾਟਨ ਹੈ ਸਾਡੇ ਮਾਣਯੋਗ ਡਿਪਟੀ ਸਪੀਕਰ ਵਿਧਾਨ ਸਭਾ ਸਰਦਾਰ ਅਜੈਬ ਸਿੰਘ ਭੱਟੀ ਜੀ ਨੇ ਕੀਤਾ ਹੈ, ਤਾਂ ਅਸੀਂ ਬਹੁਤ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਇਸ ਮੌਕੇ ਸਾਡੇ ਜ਼ਿਲ੍ਹੇ ਦੇ ਵਿੱਚ ਆਏ ਔਰ ਇਸ ਸਕੀਮ ਨੂੰ ਉਹਨਾਂ ਦੇ ਦੁਆਰਾ ਇਹ ਚਾਲੂ ਕੀਤਾ ਗਿਆ। ਬਟ ਮੈਂ ਚਾਹੁੰਦੀ ਹਾਂ ਕਿ ਇਸ ਤਰ੍ਹਾਂ ਦੇ ਬੱਚੇ ਪੇਰੈਂਟਸ ਨਾ ਹੋਣ, ਪਰ ਫਿਰ ਵੀ ਇਹ ਲੋਕਾਂ ਨੂੰ ਅਪੀਲ ਹੈ ਕਿ ਉਹਨਾਂ ਨੂੰ ਬੱਚਿਆਂ ਨੂੰ ਸੁੱਟੋ ਨਾ ਔਰ ਇਸ ਪੰਘੂੜੇ ਵਿੱਚ ਪਾ ਕੇ ਜਾਓ ਤਾਂ ਕਿ ਅਸੀਂ ਉਹਦੀ ਕੇਅਰ ਅਤੇ ਪ੍ਰੋਟੈਕਸ਼ਨ ਕਰ ਸਕੀਏ। ਲੋਕਾਂ ਨੂੰ ਕੀ ਅਪੀਲ ਕਰਦੇ? ਲੋਕਾਂ ਨੂੰ ਇਹ ਅਪੀਲ ਕਰਦੀ ਹਾਂ ਕਿ ਪਹਿਲਾਂ ਤਾਂ ਵੇਖੋ ਜਿਹੜੇ ਉਹਨਾਂ ਦੇ ਬੱਚੇ ਹੈਗੇ ਨੇ ਉਹਨਾਂ ਦੀ ਕੇਅਰ ਅਤੇ ਪ੍ਰੋਟੈਕਸ਼ਨ ਦਾ ਜ਼ਿੰਮੇਵਾਰੀ ਉਹਨਾਂ ਦੀ ਹੈ, ਠੀਕ ਹੈ। ਬਟ ਫਿਰ ਵੀ ਕੋਈ ਇਹੋ ਜਿਹਾ ਕੇਸ ਅਗਰ ਆਉਂਦਾ ਹੈ ਤਾਂ ਉਹ ਇਸ ਪੰਘੂੜੇ ਵਿੱਚ ਪਾ ਕੇ ਜਾਵੇ ਤਾਂ ਕਿ ਉਹ ਬੱਚੇ ਨੂੰ ਜਿਹੜੇ ਉਹਦੇ ਰਾਈਟਸ ਹੈ ਉਹ ਅਸੀਂ ਦਵਾ ਸਕੀਏ। ਮੈਨੂੰ ਹੁਕਮ ਹੋਇਆ ਸੀ ਨਾਮਯੋਗ MLA ਸਾਹਿਬ ਵੱਲੋਂ ਕਿ ਹਲਕੇ ਵਿੱਚ ਇੱਕ ਬਹੁਤ ਸਮਾਜ ਸੇਵੀ ਉਦਮ ਉਹਨਾਂ ਨੇ ਡਾਕਟਰ ਕੁਲਦੀਪ ਸਿੰਘ ਨਾਲ ਰਲ ਕੇ ਅੱਜ ਸ਼ੁਰੂ ਕਰਨ ਜਾ ਰਹੇ ਹੈ, ਜਿਹਦਾ ਉਦਘਾਟਨ ਜਾਂ ਉਹਦੀ ਸ਼ੁਰੂਆਤ ਕਰਨ ਦਾ ਮੈਨੂੰ ਤੁਸੀਂ ਮਾਣ ਬਖਸ਼ਿਆ। ਜਿਵੇਂ ਬਰਾੜ ਸਾਹਿਬ ਨੇ ਕਿਹਾ ਕਿ ਪਰਮਾਤਮਾ ਅਜਿਹਾ ਕੋਈ ਬਲੈਸਡ ਬੰਦਾ ਨਾਮ ਦੇਵੇ ਜਿਹਨੂੰ ਇੱਥੇ ਆਉਣਾ ਪਵੇ। ਹਰ ਦੇ ਵਾਲ ਬੱਚੇ ਦੀ ਬਹੁਤ ਮੰਗ ਹੁੰਦੀ ਹੈ, ਡਿਮਾਂਡ ਹੁੰਦੀ ਹੈ ਅਤੇ ਸਭ ਤੋਂ ਵੱਡੀ ਘਰ ਵਿੱਚ ਖੁਸ਼ੀ ਬੱਚੇ ਦੇ ਜਨਮ 'ਤੇ ਗਿਰੀ ਜਾਂਦੀ ਹੈ। ਜੇਕਰ ਕੋਈ ਬੇਭਾਗਾ ਕੋਈ ਇਨਸਾਨ ਇਸ ਦੁਨੀਆਂ 'ਚ ਆਉਂਦਾ ਅਤੇ ਉਹਨੂੰ ਇੱਥੇ ਆਉਣਾ ਪੈਂਦਾ, ਉਹਦੇ ਲਈ ਤੁਸੀਂ ਇਹ ਬੀੜਾ ਚੁੱਕਿਆ। ਤੁਹਾਡੇ ਪਿਤਾ ਜੀ ਬਾਰੇ, ਉਹਨਾਂ ਦੀ ਦੇਣ ਬਾਰੇ, ਉਹਨਾਂ ਦੇ ਕੰਮਾਂ ਬਾਰੇ ਜ਼ਿਕਰ ਹੋਇਆ, ਪਰਮਾਤਮਾ ਤੁਹਾਨੂੰ ਅਥਾਹ ਸ਼ਕਤੀ ਬਖਸ਼ਿਸ਼ ਕਰੇ ਅਤੇ ਇਹਨਾਂ ਲੋਕਾਂ ਦਾ, ਇਹਨਾਂ ਭਰਾਵਾਂ ਦਾ ਤੁਹਾਨੂੰ ਸਹਿਯੋਗ ਅਤੇ ਪਿਆਰ ਮਿਲਦਾ ਰਹੇ। ਤੁਸੀਂ ਹੋਰ ਸਮਾਜ ਦੀ ਸੇਵਾ ਕਰਨ ਦੇ ਲਈ, ਅਜਿਹੇ ਕਦਮਾਂ ਦੇ ਵਿੱਚ ਸਾਡੇ ਸਮਾਜ ਦੀ ਸੇਵਾ ਕਰਨ ਲਈ ਉੱਦਮ ਕਰਦੇ ਰਹੋ। ਮੈਂ ਤੁਹਾਡਾ ਧੰਨਵਾਦ ਕਰਦਾ।